ਗੁੱਡ ਮਾਰਨਿੰਗ ਸਟੂਡੈਂਟਸ ਵੈਲਕਮ ਟੂ ਪੰਜਾਬੀ ਕਲਾਸ ਨਾਵਲ ਮੜੀਦਾ ਦੀਵਾ ਨਾਵਲਕਾਰ ਗੁਰਦਿਆਲ ਸਿੰਘ ਜੀ ਬੱਚੇ ਅਸੀਂ ਕਾਣ ਨੰਬਰ 13 ਦੀ ਰੀਡਿੰਗ ਸ਼ੁਰੂ ਕਰ ਲਈ ਹੈ ਅਸੀਂ ਇਸ ਦਾ ਪੰਨਾ ਨੰਬਰ 87 88 ਤੇ 99 ਦੀ ਰੀਡਿੰਗ ਕੀਤੀ ਹੈ ਅੱਜ ਅਸੀਂ ਪੰਨਾ ਨੰਬਰ 90 ਤੇ 91 ਦੀ ਰੀਡਿੰਗ ਸ਼ੁਰੂ ਕਰਨੀ ਹੈ ਪਰ ਉਸ ਤੋਂ ਪਹਿਲਾਂ ਹੁਣ ਤੱਕ ਜੋ ਅਸੀਂ ਪੜਿਆ ਹੈ ਉਸ ਦੀ ਬਰੀਫ ਸਮਰੀ ਡਿਸਕਸ ਕਰਾਂਗੇ ਨੰਦੀ ਦੇ ਮਰਨੇ ਤੋਂ ਬਾਅਦ ਜਗਸੀਰ ਜਿੱਦੋ ਵੀ ਲੰਗਦਾ ਲੋਕ ਉਸ ਦਾ ਹਾਲਚਲ ਪੁੱਛਦੇ ਤੇ ਉਸ ਦੇ ਨਿੱਗੇ ਸੁਭਾਅ ਦੀਆਂ ਸਿਫਤਾਂ ਕਰਦੇ ਸਨ ਇਹ ਸਭ ਸੁਣ ਕੇ ਜਦੋਂ ਜਗਸੀਰ ਨੂੰ ਸੰਗ ਜਹੀ ਆਉਣ ਲੱਗ ਪਈ ਤਾਂ ਉਹ 2-3 ਦਿਨ ਘਰੋਂ ਹੀ ਨਾ ਨਿਕਲਿਆ ਇਸ ਤਰ੍ਹਾਂ ਜਿੰਨੇ ਦਿਨ ਨੰਦੀ ਦਾ ਸੱਥਰ ਵਿਛਿਆ ਰਿਆ ਰੋਣ ਕੀ ਜਗਸੀਰ ਨਾਲ ਕਾਣਾ ਮੁਕਾਣਾ ਸਾਮ ਦਾ ਰਿਆ ਨੰਦੀ ਦੇ ਮਰਨੇ ਦਾ ਕੰਮ ਮੁੱਕਣ ਤੇ ਜਦੋਂ ਰੋਣਕੀ ਦਾ ਸਰੀਰ ਕੁਝ ਢਿੱਲਾ ਜਿਹਾ ਹੋ ਗਿਆ ਤਾਂ ਉਹ 2 ਦਿਨ ਮੰਜੀ ਤੇ ਹੀ ਪਿਆ ਰਿਆ ਤਾਂ ਉਸ ਦਾ ਖਿਆਲ ਸੀ ਕਿ ਜਗਸੀਰ ਉਸ ਦਾ ਹਾਲ ਚੱਲ ਪੁੱਛਣ ਜ਼ਰੂਰ ਆਵੇਗਾ ਪਰ ਜਗਸੀਰ ਜਦੋਂ ਨਾ ਆਇਆ ਤਾਂ ਉਹ ਇੱਕ ਦਿਨ ਆਥਰ ਨੂੰ ਆਪ ਹੀ ਉਸ ਵੱਲ ਤੁਰ ਪਿਆ ਉਥੇ ਜਾ ਕੇ ਉਸ ਨੇ ਜਗਸੀਰ ਦਾ ਹਾਲ ਪੁੱਛਿਆ ਤੇ ਉਸ ਦਾ ਚਿੱਤ ਉਦਾਸ ਵੇਖ ਕੇ ਉਸ ਨੂੰ ਉਸ ਦੀ ਮਾਂ ਨੰਦੀ ਵੱਲੋਂ ਹੌਸਲਾ ਦਿੱਤਾ ਤੇ ਜਦੋਂ ਉਸ ਦੁਆਰਾ ਜਗਸੀਰ ਨੂੰ ਰੋਟੀ ਬਾਬਤ ਪੁੱਛਣ ਤੇ ਪਰ ਤੱਕ ਹੋਇਆ ਕਿ ਉਹ ਭੁੱਖਣ ਪਾਣਾ ਹੈ ਤਾਂ ਉਸ ਨੇ ਉਸ ਨੂੰ ਨਿਆਣਿਆਂ ਵਾਂਗ ਝਿੜਕਿਆ ਤੇ ਸਮਝਾਇਆ ਕਿ ਭੁੱਖੇ ਰਹਿਣ ਨਾਲ ਨਾ ਮੋਏ ਵਾਪਸ ਆਉਂਦੇ ਹਨ ਤੇ ਨਾ ਹੀ ਜੀਉਂਦੀ ਜਾਨ ਅਣ ਛੱਡ ਸਕਦੀ ਹੈ ਤੇ ਇਸ ਲਈ ਉਹ ਕਹਿੰਦਾ ਹੈ ਕਿ ਉਹ ਆਪਣੀਆਂ ਰੋਟੀਆਂ ਨਾਲ ਉਸ ਦੀਆਂ ਵੀ ਦੋ ਰੋਟੀਆਂ ਲਾ ਲਵੇਗਾ ਤੇ ਫਿਰ ਨਾਲ ਹੀ ਉਸ ਨੂੰ ਪਾਨੀ ਦਾ ਸੁਨੇਹਾ ਦਿੰਦਾ ਹੈ ਕਿ ਉਸ ਨੂੰ ਯਾਦ ਕਰ ਰਹੀ ਸੀ ਤੇ ਉਸ ਨੂੰ ਮਿਲਣ ਲਈ ਵੀ ਬੁਲਾ ਰਹੀ ਸੀ ਇਸ ਤੋਂ ਬਾਅਦ ਰੋਣ ਕੇ ਰੋਟੀ ਪਕਾਉਣ ਲਈ ਆਪਣੀ ਕੋਠੜੀ ਵਿੱਚ ਚਲਾ ਜਾਂਦਾ ਹੈ ਰੋਣ ਕੀ ਦੇ ਜਾਣ ਤੋਂ ਬਾਅਦ ਜਗਸੀਰ ਨੂੰ ਕੋਠੜੀ ਵਿੱਚ ਬਹੁਤ ਹਨੇਰਾ ਜਾਪਿਆ ਉਸ ਨੇ ਦੀਵਾ ਜਗਾਉਣ ਲਈ ਡੱਬੀ ਲੱਭੀ ਪਰ ਜਦੋਂ ਡੱਬੀ ਨਾ ਲੱਭੀ ਤਾਂ ਉਹ ਉੱਠ ਕੇ ਬਾਹਰ ਤੁਰ ਪਿਆ ਤੇ ਤੁਰਦਾ ਤੁਰਦਾ ਬਾਹਰ ਛੱਪੜੀ ਕੋਲ ਜਾ ਪਹੁੰਚਿਆ ਤੇ ਉਸ ਨੇ ਵੇਖਿਆ ਕਿ ਹਨੇਰਾ ਵੱਧਣ ਕਾਰਨ ਪਿੰਡ ਦੇ ਕੋਠੇ ਮੰਨਿਆਂ ਵਾਂ ਜਾਪ ਰਹੇ ਸਨ ਫਿਰ ਉਸਨੇ ਇੱਕ ਪਾਸੇ ਚਪੜੀ ਦੇ ਗੰਦਲੇ ਪਾਣੀ ਤੇ ਦੂਜੇ ਪਾਸੇ ਬਰਮਾ ਵਾਲਿਆਂ ਦੀ ਕਣਕ ਦੇ ਝੱਲ ਤੇ ਨਿਗਾਹ ਮਾਰੀ ਤਾਂ ਉਸ ਨੂੰ ਇਹ ਸਭ ਬੜਾ ਉਪਰਾ ਉਪਰਾ ਜਾਪਿਆ ਇਸ ਤੋਂ ਬਾਅਦ ਉਹ ਫਿਰਨੀ ਪੈ ਕੇ ਵੱਡੇ ਛੱਪਰ ਕੋਲੋਂ ਦੀ ਲੰਗਦਾ ਜਦੋਂ ਧਰਮ ਸਿੰਘ ਦੇ ਘਰ ਕੋਲ ਪਹੁੰਚਿਆ ਤਾਂ ਛੱਪਰ ਹੀਟ ਕੋਈ ਨਾ ਵੇਕੇ ਅਗਾ ਤੁਰ ਪਿਆ ਤੇ ਫਿਰ ਨਿੱਕੇ ਕੀ ਗਲੀ ਪੈ ਗਿਆ ਤੇ ਉਸਦੇ ਬੂਹੇ ਅੱਗੇ ਜਾ ਕੇ ਖਲੋਤਾ ਉਸਨੇ ਬੂਹੇ ਦੇ ਨੇੜੇ ਹੋ ਕੇ ਜਦੋਂ ਦੀਵੇ ਦੀ ਲੋ ਵੇਖੀ ਤੇ ਨਿਆਣਿਆਂ ਦਾ ਰੋਲਾ ਸੁਣਿਆ ਤੇ ਇੱਕ ਬਿੰਦ ਲਈ ਉਹਦੇ ਚਿਹਰੇ ਤੇ ਮੁਸਕਾਨ ਆ ਗਈ ਪਰ ਇੱਕਦਮ ਜਦੋਂ ਨਿੱਕੇ ਦੇ ਗਵਾਂਢੀ ਕਾਕੇ ਦੀ ਘਰ ਵਾਲੀ ਪਾਨੀ ਨੂੰ ਮੈਲੋ ਦੀ ਮਾਂ ਕਹਿ ਕੇ ਬੁਲਾਉਣ ਦੀ ਆਵਾਜ਼ ਉਸ ਦੇ ਕੰਨਿ ਪਈ ਤਾਂ ਉਹ ਇੰਜ ਪਿਛਾ ਮੁੜਿਆ ਜਿਵੇਂ ਪੈਰ ਅੰਗਿਆਰੇ ਤੇ ਟੜਿਆ ਗਿਆ ਹੋਵੇ ਇਸ ਤੋਂ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਰੋਣਕੀ ਉਸ ਨੂੰ ਉਡੀਕ ਰਿਆ ਸੀ ਜਗਸੀਰ ਚੁੱਪ ਕਰਕੇ ਮੰਜੇ ਤੇ ਬਹਿ ਗਿਆ ਤੇ ਰੋਣਕੀ ਦੇ ਰੋਟੀ ਫੜਾਉਣ ਤੇ ਰੋਟੀ ਖਾਣ ਲਗ ਪਿਆ ਤੇ ਰੋਣਕੀ ਉਸ ਲਈ ਪਾਣੀ ਦਾ ਕੋਲਾ ਪਰਨ ਚਲਾ ਗਿਆ ਉਸ ਨੇ ਇੱਕ ਰੋਟੀ ਨਿਗਾਰ ਲਈ ਸੀ ਪਰ ਬਾਕੀ ਦੀਆਂ ਦੀਵੇ ਦੇ ਮਗਰ ਆਲੇ ਵਿੱਚ ਰੱਖ ਦਿੱਤੀਆਂ ਉਸ ਤੋਂ ਬਾਅਦ ਜਗਸੀਰ ਦੇ ਕਹਿਣ ਤੇ ਰੋਣਕੀ ਮੰਜੀ ਢਾ ਕੇ ਜਗਸੀਰ ਕੋਲ ਹੀ ਪੈ ਗਿਆ ਤੇ ਫਿਰ ਜਗਸੀਰ ਨੇ ਸੰਤੋ ਦੀ ਗੱਲ ਛੇੜਦਿਆਂ ਪੁੱਛਿਆ ਕੀ ਹੁਣ ਉਸ ਨੂੰ ਸੰਤੋ ਯਾਦ ਆਉਂਦੀ ਹੈ ਜਾਂ ਨਹੀਂ ਹੁਣ ਬੱਚੇ ਅਸੀਂ ਪੰਨਾ ਨੰਬਰ 90 ਤੇ 91 ਦੀ ਰੀਡਿੰਗ ਕਰਨ ਤੋਂ ਪਹਿਲਾਂ ਇਸ ਦੇ ਓਕੇ ਸ਼ਬਦ ਅਰਥ ਡਿਸਕਸ ਕਰਾਂਗੇ ਕਾਹਲੀ ਕਾਹਲੀ ਜਲਦੀ ਜਲਦੀ ਦੁੱਖ ਫਰੋਲਦਾ ਦੁੱਖ ਸਾਂਝਾ ਕਰਦਾ ਕੱਖ ਨਹੀਂ ਛੜਿਆ ਕੁਝ ਨਾ ਰਹਿਣ ਦੇਣਾ ਹਿਜਰ ਨੇ ਵਿਛੋੜਾ ਗੋਹ ਨਾਲ ਧਿਆਨ ਨਾਲ ਚੂਹੇ ਮੁੱਚਾ ਵਿਰਲੀਆਂ ਮੁੱਚਾ ਜਨੋਰ ਜਾਨਵਰ ਗੜੇ ਬਰਫ ਪੁੰਜੇ ਜਾਂ ਡਿੱਗੀ ਜ਼ਮੀਨ ਤੇ ਡਿਗਣਾ ਉਲਝਵੀ ਹਾਲਤ ਨੂੰ ਪੁੱਲਣਾ ਚਾਹੁੰਦਾ ਸੀ ਉਲਝਵੀ ਹਾਲਤ ਮਤਲਬ ਕਿ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰਾਂ ਦਾ ਆਣਾ ਤੇ ਜਾਣਾ ਜਦੋਂ ਬੰਦਾ ਸ਼ਸ਼ੂ ਪੰਚ ਵਿੱਚ ਪਿਆ ਹੁੰਦਾ ਹੈ ਵਹਿਣਾ ਖਿਆਲਾ ਆਪ ਮੁਹਾਰਾ ਆਪਣੇ ਆਪ ਤੱਤਾ ਗਰਮ ਮੁਹਰੇ ਅੱਗੇ ਦਬਲਤੀ ਬਾਹਰ ਕੱਢ ਦੇਣਾ ਦੇਹੀ ਕਿਸਮਤ ਤਫੀਕਾ ਸ਼ਕਤੀ ਆਖੇ ਜੀ ਦੀ ਕੋਠੀ ਚ ਦਾਣੇ ਉਹਦੇ ਕਮਲੇ ਵੀ ਸਿਆਣੇ ਭਾਵ ਕੀ ਜਿਸ ਦੇ ਕੋਲ ਪੈਸਾ ਹੁੰਦਾ ਹੈ ਉਸ ਦੀ ਹਰ ਗੱਲ ਨੂੰ ਟਕਿਆ ਜਾ ਸਕਦਾ ਹੈ ਤਰਬਕ ਡਰ ਵ੍ਰਾਂਛਾ ਇੰਜ ਖਿਲਰੀਆਂ ਲੱਗਦੀਆਂ ਸਨ ਵ੍ਰਾਂਛਾ ਮਤਲਬ ਹੱਸਣਾ ਸੁਨੋਂਦਾ ਸੁਣਾਉਂਦਾ ਚਾਕਣ ਦੇਖਣ ਮੱਲੋ ਮੱਲੀ ਜ਼ਬਰਦਸਤੀ ਮਨਮੋਹਨੀ ਮਨ ਨੂੰ ਖੂਬਸੂਰਤ ਲੱਗਣ ਵਾਲੀ ਜਾਦ ਤਾਂ ਛੱਡ ਕਦੇ-ਕਦੇ ਤਾਂ ਤੇ ਬੋਲਦਿਆਂ ਬੋਲਦਿਆਂ ਬਿੰਦਕੂ ਉਹ ਫੇਰ ਰੁਕਿਆ ਤੇ ਇਸ ਵਿੱਚੋਂ ਏਡੀ ਕਾਲੀ-ਕਾਲੀ ਬੋਲਣ ਲੱਗ ਪਿਆ ਕਿ ਜਗਸੀਰ ਨੂੰ ਉਹਦੀ ਪੂਰੀ ਗੱਲ ਚੰਗੀ ਤਰ੍ਹਾਂ ਸਮਝ ਵੀ ਨਾ ਆਈ ਜਗਸੀਰ ਨੇ ਜਦੋਂ ਰੋਣਕੀ ਨੂੰ ਸੰਤੋ ਬਾਰੇ ਪੁੱਛਿਆ ਤਾਂ ਰੋਣਕੀ ਦੁੱਖ ਦੇ ਵਿੱਚ ਕਾਲੀ-ਕਾਲੀ ਬੋਲਣ ਲੱਗ ਪਿਆ ਤੇ ਉਸ ਦੀ ਗੱਲ ਪੂਰੀ ਤਰ੍ਹਾਂ ਜਗਸੀਰ ਨੂੰ ਸਮਝ ਵੀ ਨਹੀਂ ਸੀ ਆਈ ਉਹ ਬੋਲਦਾ ਜਾ ਰਿਹਾ ਸੀ ਕਿ ਸੰਤੋ ਦੇ ਕੀ ਕੀ ਦੁੱਖ ਉਸ ਦੇ ਨਾਲ ਫੋਲੇ ਕਿਉਂਕਿ ਉਸ ਦੇ ਵਿਛੋੜੇ ਨੇ ਉਸ ਦਾ ਕੱਖ ਵੀ ਛੱਡਿਆ ਨਹੀਂ ਹੈ ਉਹ ਬਹੁਤ ਦੁਖੀ ਹੈ ਜਗਸੀਰ ਨੂੰ ਇੰਜ ਜਾਪਿਆ ਜਿਵੇਂ ਰੋਣ ਕੀ ਦੇ ਅੰਦਰ ਪੂਰੀ ਤਰ੍ਹਾਂ ਪੱਕੇ ਫੋੜੇ ਵਿੱਚ ਉਹ ਸੂਈ ਚ ਬੈਠਾ ਹੋਵੇ ਉਹਦਾ ਖਿਆਲ ਸੀ ਸਧਾਰਨ ਵਾਂਗ ਰੋਣਕੀ ਸੰਤੋਖ ਦੀ ਗੱਲ ਹਾਸੇ ਪਾ ਲਵੇਗਾ ਪਰ ਜਦੋਂ ਰੋਣਕੀ ਦਾ ਚਿਹਰਾ ਉਸਨੇ ਗੋਹ ਨਾਲ ਤੱਕਿਆ ਤਾਂ ਉਹਦੀਆਂ ਚੂਹੇ ਮੁੱਚਾ ਫਰਕ ਰਹੀਆਂ ਸਨ ਤੇ ਖੋਦੀ ਦਾੜੀ ਦੇ ਵਿਰਲੇ ਵਾਲਾਂ ਵਿੱਚ ਫਿਰਦੀਆਂ ਸਾਰੀਆਂ ਉਂਗਲਾਂ ਦੀਵੇ ਦੀ ਲੋ ਵਾਂਗ ਪਈਆਂ ਕੰਬਦੀਆਂ ਸਨ ਜਗਸੀਰ ਕੁਝ ਚਿਰ ਉਹ ਦੇ ਵਾਲ ਇੰਜਵੇਂਦਾਰਿਆ ਜਿਵੇਂ ਉਹਦੇ ਅੰਦਰਲਾ ਫੋੜਾ ਛੇੜ ਕੇ ਪਛਤਾ ਰਿਆ ਹੋਵੇ ਹੁਣ ਜਦੋਂ ਰੋਣਕੀ ਆਪਣਾ ਦੁੱਖ ਜਗਸੀਰ ਦੇ ਸਾਹਮਣੇ ਜ਼ਾਹਿਰ ਕਰਦਾ ਹੈ ਤਾਂ ਜਗਸੀਰ ਨੂੰ ਪਛਤਾਵਾ ਹੁੰਦਾ ਹੈ ਉਸ ਨੂੰ ਯਾਦਦਾ ਹੈ ਕਿ ਜਿਵੇਂ ਉਸਨੇ ਸੰਤੋਵਾਰੇ ਰੋਣਕੀ ਨੂੰ ਪੁੱਛ ਕੇ ਉਸ ਦੇ ਕਿਸੇ ਫੋੜੇ ਦੇ ਉੱਤੇ ਸੂਈ ਚ ਬੋ ਦਿੱਤੀ ਹੋਵੇ ਤੇ ਉਸਦੇ ਹਾਵ-ਭਾਵ ਦੇਖ ਕੇ ਉਹ ਪਛਤਾਉਂਦਾ ਹੈ ਕਿ ਉਸ ਨੂੰ ਅਜਿਹਾ ਨਹੀਂ ਪੁੱਛਣਾ ਚਾਹੀਦਾ ਸੀ ਕਿਉਂਕਿ ਜਦੋਂ ਉਸ ਨੇ ਉਸਦੇ ਚਿਹਰੇ ਵੱਲ ਧਿਆਨ ਨਾਲ ਤੱਕਿਆ ਤਾਂ ਰੌਣਕੀ ਦੀਆਂ ਮੁੱਛਾਂ ਫੜਕ ਰਹੀਆਂ ਸਨ ਤੇ ਉਸ ਦੀ ਜਿਹੜੀ ਦਾੜੀ ਸੀ ਦਾੜੀ ਦੇ ਵਿੱਚ ਹੱਥ ਫੇਰ ਰਿਹਾ ਸੀ ਰੌਣਕੀ ਉਸ ਦੀਆਂ ਉਂਗਲਾਂ ਉਸ ਸਮੇਂ ਕੰਬ ਰਹੀਆਂ ਸਨ ਤੇ ਜਗਸੀਰ ਆਪਣੀ ਛੇੜੀ ਗਈ ਗੱਲ ਤੇ ਬਹੁਤ ਪਛਤਾਉਂਦਾ ਹੈ ਕਦੇ-ਕਦੇ ਮੈਂ ਐ ਸੋਚਦਾ ਜਗਸੀਆ ਰੋਣ ਕੀ ਗੰਬੀਰ ਮੂੰਹ ਬਣਾ ਕੇ ਛੱਤ 'ਤੇ ਨਿਗਾਹ ਗੱਢ ਕੇ ਚਾਂਕਦਿਆ ਫੇਰ ਬੋਲਿਆ ਬਈ ਜੇ ਆਪਣੇ ਵਰਗੇ ਬੰਦਿਆਂ ਨਾਲ ਰੱਬ ਨੇ ਐਵੇਂ ਕਰਨੀ ਸੀ ਤਾਂ ਤਾਂ ਕੋਈ ਚੀੜੀ ਜਨੌਰ ਦੀ ਜੂਨੀ ਪਾ ਦਿੰਦਾ ਹੁਣ ਜਗਸੀਰ ਦੇ ਨਾਲ ਰੋਣ ਕੀ ਆਪਣੇ ਮਨ ਦੀ ਗੱਲ ਸਾਂਝੀ ਕਰ ਰਿਹਾ ਹੈ ਕਿ ਜੇ ਪ੍ਰਮਾਤਮਾ ਨੇ ਉਹਨਾਂ ਨਾਲ ਇਸ ਤਰ੍ਹਾਂ ਹੀ ਕਰਨਾ ਸੀ ਤੇ ਉਹਨਾਂ ਨੂੰ ਇਨਸਾਨ ਦੀ ਥਾਂ ਕਿਸੇ ਜਾਨਵਰ ਦੀ ਜੂਨ ਵਿੱਚ ਪਾ ਦਿੰਦਾ ਤੇ 치ੜੀ ਜਨੋਰਾ ਦੇ ਜੀਵਨ ਵਾਲੀ ਖੁਲ ਦੀ ਕਲਪਨਾ ਕਰਦਿਆਂ ਹੀ ਰੋਣ ਕੀ ਜਿਵੇਂ ਅੱਗੋਂ ਮੋੜਵਾ ਬੜਾ ਕਰੜਾ ਪੱਥਰ ਵਰਗਾ ਇੱਕ ਖਿਆਲ ਆਇਆ ਏਡੀ ਖੁਲ ਤੇ ਰੌਣਕੀ ਨੇ ਜਦੋਂ ਇਹ ਗੱਲ ਕਹੀ ਤੇ ਉਸ ਦੇ ਮਨ ਦੇ ਵਿੱਚ ਚਿੜੀ ਤੇ ਜਾਨਵਰਾਂ ਦੇ ਜੀਵਨ ਵਾਲੀ ਖੁੱਲ ਦੀ ਕਲਪਨਾ ਆ ਗਈ। ਮਿਲ ਕਿਵੇਂ ਸਕਦੀ ਹੈ ਤੇ ਨਾਲ ਦੀ ਨਾਲ ਉਹਦੀ ਕਲਪਨਾ ਗੜੇ ਵਾਂਗ ਬੁੜਕ ਕੇ ਪੁੰਝੇ ਜਾ ਡਿੱਗੀ ਉਹ ਚੁੱਪ ਕਰ ਗਿਆ। ਹੁਣ ਜਦੋਂ ਰੌਣਕੀ ਚਿੜੀ ਤੇ ਜਾਨਵਰਾਂ ਵਾਲੀ ਖੁੱਲ ਦੀ ਕਲਪਨਾ ਕਰਦਾ ਹੈ ਤਾ ਉਹ ਆਪਣੇ ਮਨ ਵਿੱਚ ਦੁਬਾਰਾ ਸੋਚਦਾ ਹੈ ਕਿ ਅਜੇ ਹੀ ਖੁੱਲ ਮਿਲ ਹੀ ਨਹੀਂ ਸਕਦੀ ਤੇ ਉਸ ਸਮੇ ਉਸ ਦੀ ਜਿਹੜੀ ਸੋਚ ਹੈ ਕਲਪਨਾ ਹੈ ਜਿਸ ਤਰ੍ਹਾਂ ਬਰਫ਼ ਜ਼ਮੀਨ ਤੇ ਆ ਕੇ ਡਿਗਦੀ ਹੈ ਉਸੇ ਤਰ੍ਹਾਂ ਹੀ ਉਸ ਦੀ ਕਲਪਨਾ ਵੀ ਖਤਮ ਹੋ ਜਾਂਦੀ ਹੈ। ਸੀਰ ਨੇ ਰੌਣਕੀ ਨੂੰ ਸਿਰਫ ਗੱਲੀ ਪਾਉਣ ਲਈ ਛੇੜਿਆ ਸੀ ਉਹ ਰੌਣਕੀ ਦੇ ਬੋਲ ਬੁਲਾਰੇ ਵਿੱਚ ਆਪਣੇ ਮਨ ਦੀ ਉਲਝਵੀਂ ਹਾਲਤ ਨੂੰ ਪੁੱਲਣਾ ਚਾਹੁੰਦਾ ਸੀ। ਜਦੋਂ ਉਸਨੇ ਵੇਖਿਆ ਕਿ ਰੌਣਕੀ ਵੀ ਉਹਦੇ ਵਾਂਗ ਹੀ ਆਪਣੇ ਵਹਿਣਾ ਵਿੱਚ ਵਹਿ ਚੱਲਿਆ ਸੀ ਤਾਂ ਉਸੇ ਉਦਾਸੀ ਨੇ ਮੂੜ ਉਹਦੇ ਉੱਤੇ ਕਾਬੂ ਪਾ ਲਿਆ ਹੁਣ ਜਗਸੀਰ ਨੇ ਜਦੋਂ ਰੌਣਕੀ ਦੇ ਨਾਲ ਸੰਤੋਖ ਦੀ ਗੱਲ ਛੇੜੀ ਤਾਂ ਉਸ ਦਾ ਮੰਤਵ ਸੀ ਕਿ ਜਦੋਂ ਰੌਣਕੀ ਉਸਦੇ ਨਾਲ ਕੋਈ ਗੱਲਬਾਤ ਕਰੇਗਾ ਤਾਂ ਉਸਦੇ ਮਨ ਦੀ ਉਦਾਸੀ ਦੂਰ ਹੋ ਜਾਵੇਗੀ ਪਰ ਅਜੀਹਾ ਨਾ ਹੋਇਆ ਕਿਉਂਕਿ ਰੋਣਕੀ ਵੀ ਉਦਾਸੀ ਸੀ ਇਸੇ ਲਈ ਉਹ ਸੰਤੋਖ ਦੇ ਖਿਆਲਾਂ ਵਿੱਚ ਗੁੰਮ ਹੋ ਜਾਂਦਾ ਹੈ ਤੇ ਜਗਸੀਰ ਨੂੰ ਵੀ ਉਸ ਦੀ ਉਦਾਸੀ ਆ ਕੇਰਦੀ ਹੈ ਬੰਦਿਆ ਤੇਰੀਆਂ ਦੱਸ ਦੇਹੀਆਂ ਇੱਕੋ ਗਈ ਵਿਆ ਨੋ ਕਿੱਧਰ ਗਈਆਂ ਰੋਣਕੀ ਪਿਆ ਪਿਆ ਆਪ ਮੁਹਾਰਾ ਇਹ ਬੋਲਿਆ ਤੇ ਬਿਨਾਂ ਜਗਸੀਰ ਵੱਲ ਤੱਕਿਆ ਬੋਲੀ ਗਿਆ ਹੁਣ ਬੇਟੇ ਬੰਦੀਆ ਤੇਰੀਆਂ 10 ਨਹੀਂ ਆ ਇਹਦਾ ਮਤਲਬ ਇਹ ਹੈ ਕਿ ਮਨੁੱਖ ਦੇ ਸਰੀਰ ਦੇ ਵਿੱਚ 10 ਦਰਵਾਜੇ 10 ਦੁਵਾਰ ਹੁੰਦੇ ਹਨ ਜਿਸ ਤਰ੍ਹਾਂ ਅੱਖਾਂ ਕੰਨ ਮੂੰਹ ਇਹ ਸਾਰੇ 10 ਹੁੰਦੇ ਹਨ ਤੇ ਜਦੋਂ ਮਨੁੱਖ ਦਾ ਅੰਤ ਹੁੰਦਾ ਹੈ ਤਾਂ ਉਸ ਦੇ ਨੌ ਦਰਵਾਜੇ ਖਤਮ ਹੋ ਜਾਂਦੇ ਹਨ ਤੇ ਇੱਕੋ ਜਿਹੜਾ ਮਨ ਦੇ ਵਿੱਚ ਪਰਮਾਤਮਾ ਦਾ ਵਾਸ ਹੈ ਉਹੀ ਅਮਰ ਹੁੰਦਾ ਹੈ ਤੇ ਰੋਣ ਕੀ ਆ ਮੁਹਾਰਾ ਆਪਣੇ ਆਪ ਹੀ ਬੋਲੇ ਜਾ ਰਿਹਾ ਸੀ ਤੇ ਜਗਸੀਰ ਵੱਲ ਬਿਨਾ ਥੱਕਿਆ ਉਸਨੇ ਆਪਣੀ ਗੱਲ ਨੂੰ ਜਾਰੀ ਰੱਖਿਆ ਕੋਈ ਤੇਲੀ ਸੀ ਜਗਸਿਆ ਉਹਨੇ ਸਾਰੀ ਉਮਰ ਕੋਲੂ ਮਗਰ ਤੁਰਿਆ ਫਿਰਦਿਆ ਕੱਢ ਲਈ ਵੱਡਿਆਂ ਵਡੇਰਿਆਂ ਤੋਂ ਸੁੰਦੜ ਰਿਹਾ ਸੀ ਭਈ ਬੰਦੇ ਦੀ ਸਾਰੀ ਉਮਰ ਚ 10 ਵਾਰ ਕਿਸਮਤ ਬਦਲਦੀ ਹੈ ਨਾਲੇ ਕਹਿੰਦੇ ਬਾਰੀ ਬਰੀ ਤਾਂ ਰੋੜੀ ਦੇਵੀ ਸੁਣੀ ਜਾਂਦੀ ਹੈ ਫਿਰ ਉਸਨੇ ਆਪਣੀ ਗੱਲ ਨੂੰ ਜਾਰੀ ਕਰਦਿਆਂ ਕਿਹਾ ਕਿ ਇੱਕ ਵਾਰ ਕੋਈ ਤੇਲੀ ਸੀ ਤੇ ਉਹ ساری ਉਮਰ ਕੋਲੂ ਮਗਰੀ ਤੁਰਿਆ ਫਿਰਿਆ ਸੀ ਤੇ ਉਸਨੇ ਆਪਣੇ ਬਜ਼ੁਰਗਾਂ ਤੋਂ ਸੁਣਿਆ ਆਸੀ ਕਿ انسان ਦੀ ساری ਉਮਰ ਚ 10 ਵਾਰ ਕਿਸਮਤ ਬਦਲਦੀ ਹੈ ਤੇ ਨਾਲੇ 12 ਸਾਲਾਂ ਬਾਅਦ ਤਾਂ ਰੂੜੀ ਦੇਵੀ ਸੁਣੀ ਜਾਂਦੀ ਹੈ ਬੰਦੇ ਦੀ ਕਿਵੇਂ ਨਾ ਸੁਣੀ ਜਾਵੇ ਪਰ ਆਪਣੇ ਵਰਗਾ ਕੋਈ ਕਰਮਾ ਦਾ ਬਲੀ ਈ ਸੀ ਜਿਹੜਾ ਸਾਰੀ ਉਮਰ ਉਸੇ ਕੜਾਈ ਚ ਤੇਲ ਤੱਤਾ ਕਰ ਕਰ ਪਾਈ ਗਿਆ ਖੋਪੇ ਬਲਦ ਦੀਆਂ ਅੱਖਾਂ ਤੇ ਵੀ ਆਪਦੀਆਂ ਤੇ ਵੀ ਉਹਨੇ ਬਲਦ ਦੀਆਂ ਤੇ ਚੜਾਈ ਰੱਖੇ ਉਹਦੀਆਂ ਤੇ ਉਸ ਸਖਤੇ ਨੇ ਚੜਾਈ ਰੱਖੇ ਇਸ ਦਾ ਭਾਵੇਂ ਹੈ ਕਿ ਤੇਲੀ ਨੇ ਸਾਰੀ ਉਮਰ ਮਿਹਨਤ ਕਰਦਿਆਂ ਹੀ गुजारी ਸੀ ਤੇ ਉਸ ਨੂੰ ਕਦੀ ਤਰੱਕੀ ਹੀ ਨਹੀਂ ਮਿਲੀ ਉਸੇ ਤਰ੍ਹਾਂ ਹੀ ਕੰਮ ਕਰਦਾ ਰਿਹਾ ਉਸ ਦੇ ਉਸ ਦੇ ਜੀਵਨ ਦੇ ਵਿੱਚ ਪਰਿਵਰਤਨ ਹੀ ਨਹੀਂ ਆਇਆ ਜਦੋਂ ਜਗਸੀਆ ਕਹਿੰਦੇ ਪੰਜਾਹਾਂ 60ਾਂ ਦੇ ਨੇੜੇ ਪਹੁੰਚਿਆ ਤਾਂ ਫਿਰ ਉਹ ਕੋਲੂ ਮਗਰ ਫਿਰਦਾ ਇਹ ਪਖਾਨਾ ਬੋਲਿਆ ਕਰੇ ਜਦੋਂ ਜਗਸੀਆ ਕਹਿੰਦੇ 50ਾਂ 60ਾਂ ਦੇ ਨੇੜੇ ਪਹੁੰਚਿਆ ਤਾਂ ਫੇਰ ਉਹ ਕੋਹਲੂ ਮਗਰਫਿਰਦਾ ਇਹ ਪਖਾਣਾ ਬੋਲਿਆ ਕਰੇ ਬੰਦਿਆ ਤੇਰੀਆਂ 10 ਦੇਹੀਆਂ ਇੱਕੋ ਗਈ ਵਿਆ ਨੋ ਕਿੱਧਰ ਗਈਆਂ ਇੱਕ ਦਿਨ ਕਿਤੇ ਦਰਗਾਹ ਵਿੱਚ ਜਾ ਡੰਕੇ ਠੀਕ ਹੈ ਤੇ ਫੇਰ ਉਹ ਜਗਸੀਰ ਨੂੰ ਆਖਦਾ ਹੈ ਕਿ ਜਦੋਂ ਤੇਲੇ 50ਾਂ 60ਾਂ ਸਾਲਾਂ ਦਾ ਹੋ ਗਿਆ ਜਦੋਂ ਉਹਦੀ ਉਮਰ 50 ਤੋਂ 60 ਦੇ ਨੇੜੇ ਪਹੁੰਚੀ ਤੇ ਉਹ ਕੋਲੂ ਦੇ ਮਗਰ ਫਿਰਦਾ ਫਿਰਦਾ ਇਹੀ ਤੁਕ ਦौराਂਦਾ ਸੀ ਇੱਕ ਦਿਨ ਕਿਤੇ ਦਰਗਾਹ ਵਿੱਚ ਜਾ ਡੰਕੇ ਵੱਜੇ ਇੱਕ ਦਿਨ ਉਸ ਤੇਲੀ ਦੀ ਵੀ ਸੁਣੀ ਗਈ ਪਰਮਾਤਮਾ ਦੇ ਸੁਣ ਲਈ ਤੇ ਕੋਈ ਸੋਦਾਗਰ ਉੱਧਰ ਦੀ ਧੰਨ ਦੀਆਂ ਭਰੀਆਂ ਖਚਰਾ ਲਈ ਜਾਂਦਾ ਸੀ ਉਸ ਰਾਤ ਕਟਣ ਖਾਤਰ ਤੇਲੀ ਦੇ ਸ਼ਹਿਰ ਠਹਿਰ ਪਿਆ ਰਾਤ ਨੂੰ ਇੱਕ ਖੱ쩌ਰ ਉੱਠ ਕੇ ਤੇਲੀ ਦੇ ਬਾੜ ਮੋਹਰੇ ਆ ਖੜੀ ਤੇਲੀ ਨੇ ਅੰਦਰ ਵੜ ਕੇ ਮੋਹਰਾ ਲਾਹੀਆਂ ਤੇ ਅੰਦਰੇ ਦਬਲੀਆਂ ਖੱ쩌ਰ ਦੇ ਦੋ ਮਾਰੇ ਡੰਡੇ ਤੇ ਬਾਹਰ ਨੂੰ ਦਬਲਤੀ ਹੁਣ ਰੌਣਕੀ ਨੇ ਉਸ ਨੂੰ ਦੱਸਿਆ ਕਿ ਇੱਕ ਵਾਰ ਇੱਕ ਸੌਦਾਗਰ ਸੀ ਉਹ ਧਨ ਦੀਆਂ ਭਰੀਆਂ ਖੱਜਰਾ ਲੈ ਕੇ ਜਾਂਦਾ ਸੀ ਤੇ ਇੱਕ ਰਾਤ ਉਹ ਰਾਤ ਕੱਟਣ ਦੇ ਲਈ ਤੇਲੀ ਦੇ ਸ਼ਹਿਰ ਵਿੱਚ ਠਹਿਰ ਗਿਆ ਤੇ ਇੱਕ ਰਾਤ ਨੂੰ ਹੁਣ ਰੋਣਕੀ ਨੇ ਗੱਲ ਸੁਣਾਈ ਕਿ ਇੱਕ ਵਾਰ ਸੋਦਾਗਰ ਧੰਦੀਆਂ ਭਰੀਆਂ ਜਾਂ ਖਚਰਾ ਲੈ ਕੇ ਜਾ ਰਿਹਾ ਸੀ ਤੇ ਉਹ ਰਾਤ ਕੱਟਣ ਲਈ ਤੇਲੀ ਦੇ ਸ਼ਹਿਰ ਠਹਿਰ ਗਿਆ ਤੇ ਜਦੋਂ ਰਾਤ ਹੋਈ ਤੇ ਖੱਚਰ ਉੱਠ ਕੇ ਤੇਲੀ ਦੇ ਘਰ ਦੇ ਬਾਹਰ ਆ ਕੇ ਖੜੀ ਹੋ ਗਈ ਦੈਲੀ ਨੇ ਉਸ ਨੂੰ ਆਪਣੇ ਘਰ ਦੇ ਅੰਦਰ ਵਾੜਿਆ ਸਾਰੀਆਂ ਮੋਹਰਾ ਲਾ ਕੇ ਤੇ ਆਪਣੇ ਘਰ ਦੇ ਅੰਦਰ ਹੀ ਦਬਾ ਲਈਆਂ ਤੇ ਜਦੋਂ ਮੋਹਰਾ ਉਸਨੇ ਖੱ쩌ਰ ਤੋਂ ਲਾ ਲਈਆਂ ਸਨ ਤੇ ਖੱ쩌ਰ ਨੂੰ ਦੋ ਡੰਡੇ ਮਾਰ ਕੇ ਘਰ ਤੋਂ ਬਾਹਰ ਕੱਢ ਦਿੱਤਾ ਉਹਨੂੰ ਪਿੱਛੋਂ ਉਹ ਫੇਰ ਹੋਰ ਪਖਾਣਾ ਬੋਲਣ ਲੱਗ ਪਿਆ ਬੰਦਿਆ ਜਦ ਤੇਰੀ ਦੇਹੀ ਆਵੇ ਖੜ ਕੇ ਦੋਹੇ ਕੰਨ ਹਲਾਵੇ ਹੁਣ ਫਿਰ ਉਸ ਤੋਂ ਬਾਅਦ ਉਹ ਇੱਕ ਗੀਤ ਸੀ ਕਹਦੇਗਾ ਪਖਾਣਾ ਜਾਂ ਬੋਲਣ ਲੱਗ ਗਿਆ ਕਿ ਜਦੋਂ ਕਿਸਮਤ ਬਦਲਦੀ ਹੈ ਤਾਂ ਕਿਸੇ ਵੀ ਰੂਪ ਵਿੱਚ ਆ ਸਕਦੀ ਹੈ ਹੁਣ ਜਿਸ ਤਰ੍ਹਾਂ ਤੇਲੀ ਦੀ ਕਿਸਮਤ ਬਦਲੀ ਤਾਂ ਇੱਕ ਖੱ쩌ਰ ਦੇ ਰੂਪ ਵਿੱਚ ਉਸਦੇ ਘਰ ਆ ਗਈ ਕਿਸਮਤ ਕਿਉਂਕਿ ਖੱ쩌ਰ ਤੋਂ ਉਸਨੇ ਮੋਰਾ ਲਾ ਕੇ ਆਪਣੇ ਘਰ ਦੇ ਅੰਦਰ ਦੱਬ ਲਈਆਂ ਸਨ ਰੋਣ ਕੀ ਬਿੰਦ ਨੂੰ ਚੁਪਾ ਗਾਰ ਗਿਆ ਤੇ ਬਿਨਾ ਜਗਸੀਰ ਦਾ ਹੰਗਾਰਾ ਉਡੀਕੇ ਉਵੇਂ ਛੱਤ ਵੱਲ ਤਾੜੀ ਲਾਈ ਫੇਰ ਬੋਲਿਆ ਤੁਹਾਨੂੰ ਬੜੀਆਂ ਥਫੀਕਾਂ ਜਗਸਿਆ ਇਹ ਵੀ ਬੰਦੇ ਦੀ ਦੂਜੀ ਦੇਹੀ ਬਦਲ ਦਿੰਦਾ ਜਰਮ ਇਹ ਦੂਜਾ ਹੋ ਜਾਂਦਾ ਅਖੇ ਜੀ ਦੀ ਕੋਠੀ ਚ ਦਾਣੇ ਉਹਦੇ ਕੰਮਲੇ ਵੀ ਸਿਆਣੇ ਹੁੰਦਾ ਜਗਸਿਆ ਦੁਨੀਆ ਬੰਦੀ ਈ ਪੈਸੇ ਦੀ ਪੁੱਤ ਜਾਂਦੀ ਐ ਪੈਸੇ ਬਿਨਾ ਜਗਸੀਰ ਨੇ ਰੋਣਕੀ ਦੀ ਇਸ ਗੱਲ ਦਾ ਕੋਈ ਜਵਾਬ ਨਾ ਦਿੱਤਾ ਰੋਣਕੀ ਥੋੜੀ देर ਚੁੱਪ ਕਰ ਗਿਆ ਤੇ ਬਿਨਾ ਜਗਸੀਰ ਦਾ ਹੰਗੁਆਰਾ ਉੜੀਕੇ ਆਪਣੀ ਗੱਲ ਨੂੰ ਜਾਰੀ ਕਰਦਿਆਂ ਆਖਦਾ ਹੈ ਕਿ ਪੈਸੇ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ ਜਿਸ ਕੋਲ ਪੈਸਾ ਹੁੰਦਾ ਹੈ ਉਸ ਦੀਆਂ ਸੋ ਖਾਮੀਆਂ ਤੇ ਵੀ ਉਸ ਦੀਆਂ ਸੋ ਕਮੀਆਂ ਤੇ ਵੀ ਪਰਦਾ ਪਾਇਆ ਜਾ ਸਕਦਾ ਹੈ ਤੇ ਉਸ ਅਨੁਸਾਰ ਅੱਜ ਸਭ ਪੈਸੇ ਦੇ ਪਿੱਛੇ ਹੀ ਦੌੜੇ ਭੱਜੇ ਫਿਰਦੇ ਹਨ ਰੋਣ ਕੀ ਫੇਰ ਚੁੱਪ ਕਰ ਗਿਆ ਉਹਦਾ ਸਾਹ ਜਿਵੇਂ ਰੁੱਕ ਗਿਆ ਲੱਗਦਾ ਸੀ ਜਦ ਤੇਰੀ ਦੇਹੀ ਆਵੇ ਖੜ ਕੇ ਦੋਵੇਂ ਕੰਨ ਹਲਾਵੇ ਪਲਕੂ ਮਗਰੋਂ ਉੱਬੜ ਵਾਇਹਾ ਈ ਏਡੀ ਉੱਚੀ ਬੋਲਿਆ ਕਿ ਜਗਸੀਰ ਤਰਬਗਿਆ ਪਰ ਸਾਡੀ ਤਾਂ ਸਹਰੇ ਮਰੇ ਨੇ ਪਹਿਲੀ ਦੇਹੀ ਵੀ ਖੋਲੀ ਠੀਕ ਹੈ ਤੇ ਫਿਰ ਉੱਬੜਵਾਹ ਬਹੁਤ ਉੱਚੀ ਬੋਲਦਾ ਹੈ ਕਿ ਜਦ ਤੇਰੀ ਦੇਹੀ ਆਵੇ ਖੜ ਕੇ ਕੰਨ ਹਿਲਾਵੇ ਫਿਰ ਜਗਸੀਰ ਆਪਣੇ ਮਨ ਦਾ ਰੋਜ਼ ਪ੍ਰਗਟ ਕਰ ਰਿਹਾ ਹੈ ਕਿ ਉਸ ਦੀ ਦੇਹੀ ਮਤਲਬ ਉਸ ਦੀ ਕਿਸਮਤ ਆ ਖੋਈ ਲਈਏ ਤੇ ਨਾਲ ਦੀ ਨਾਲ ਉਹਨੇ ਏਡੀ ਉੱਚੀ ਠਹਾਕਾ ਮਾਰਿਆ ਠਹਾਕਾ ਮਤਲਬ ਜ਼ੋਰ ਦੀ ਹਸਿਆ ਠੀਕ ਹੈ ਹੁਣ ਡੋਣ ਕੀ ਇਹ ਗੱਲ ਕਰਨ ਤੋਂ ਬਾਅਦ ਜ਼ੋਰ ਦੀ ਹੱਸਣ ਲੱਗ ਗਿਆ ਜਗਸੀਰ ਨੇ ਛੇਤੀ ਜੀ ਨੇ ਉੱਠ ਕੇ ਉਸ ਵੱਲ ਇੰਜ ਵੇਖਿਆ ਜਿਵੇਂ ਸੱਚੀ ਮੁੱਚੀ ਉਹਨੂੰ ਕੁਝ ਹੋ ਗਿਆ ਹੁੰਦਾ ਜਗਸੀਰ ਛੇਤੀ ਨਾਲ ਉੱਠਿਆ ਉਸਨੇ ਉੜਦੇ ਸਾਰੀ ਰੋਣਕੀ ਵੱਲ ਤੱਕਿਆ ਕਿਉਂਕਿ ਉਸਨੂੰ ਜਾਪ ਰਿਹਾ ਸੀ ਕਿ ਉਹ ਇੰਨੀ ਉੱਚੀ ਹੱਸ ਰਿਹਾ ਹੋਸਦੇ ਨੂੰ ਕੁਝ ਹੋ ਗਿਆ ਹੋਵੇ ਪਰ ਰੋਣਕੀ ਆਪਣੀ ਦਾੜੀ ਦੇ ਵਿਰਲੇ ਵਾਲਾਂ ਵਿੱਚ ਸੱਜੀ ਹਾਧੀਆਂ ਵਿੰਗੀਆਂ ਉਂਗਲਾਂ ਫੇਰ ਦਾ ਖੱਬੇ ਨਾਲ ਆਪਣੀਆਂ ਨਿੱਕੀਆਂ ਨਿੱਕੀਆਂ ਅੱਖਾਂ ਵਿੱਚੋਂ ਵਗਦਾ ਪਾਣੀ ਪੂੰਜੀ ਜਾਂਦਾ ਸੀ ਤੇ ਉਹਦੀਆਂ ਮੁੱੱਚਾਂ ਹੇਠੋਂ ਵਿਰਾਛਾਂ ਇੰਜ ਖਿਲਰਦੀਆਂ ਲੱਗਦੀਆਂ ਸਨ ਜਿਵੇਂ ਅਜੇ ਵੀ ਹੱਸ ਰਿਆ ਹੋਵੇ ਪਰ ਜਦੋਂ ਜਗਸੀਰ ਨੇ ਉਸ ਵੱਲ ਦੇਖਿਆ ਰੋਣ ਕੀ ਆਪਣੀ ਦਾੜੀ ਦੇ ਵਿਰਲੇ ਵਾਲਾਂ ਵਿੱਚ ਆਪਣੇ ਸੱਜੇ ਹੱਥ ਦੀਆਂ ਉਂਗਲਾਂ ਫੇਰ ਰਿਹਾ ਸੀ ਤੇ ਖੱਬੇ ਹੱਥ ਦੇ ਨਾਲ ਆਪਣੇ ਅੱਖਾਂ ਵਿੱਚੋਂ ਵਗ ਰਹੇ ਹੰਝੂਆਂ ਨੂੰ ਪੂੰਝ ਰਿਆ ਸੀ ਪਰ ਜਦੋਂ ਉਸਦੀ ਮੂੰਹ ਵੱਲ ਦੇਖੋ ਤਾਂ ਇੰਝ ਜਾਪਦਾ ਸੀ ਕਿ ਜਿਵੇਂ ਉਹ ਹਜੇ ਵੀ ਹੱਸ ਰਿਹਾ ਹੋਵੇ ਹੋ ਸਕਦਾ ਹੈ ਕਿ ਉਹ ਆਪਣੇ ਗਮ ਨੂੰ ਆਪਣੀ ਉਦਾਸੀ ਨੂੰ ਛੁਪਾਉਣ ਦੇ ਲਈ ਅਜਿਹਾ ਕਰ ਰਿਹਾ ਸੀ ਕੀ ਗੱਲ ਸੀ ਰੌਣਕਾ ਜਗਸੀਰ ਨੇ ਹੈਰਾਨੀ ਨਾਲ ਪੁੱਛਿਆ ਕੁਝ ਨਹੀਂ ਬੜਾ ਹੈਰਾਨ ਜਾ ਹੋ ਕੇ ਉਸ ਜਗਸੀਰ ਵੱਲ ਝਾਕ ਕੇ ਜਵਾਬ ਦਿੱਤਾ ਮੈਨੂੰ ਕੀ ਹੋਣਾ ਸੀ ਮੈਂ ਤਾਂ ਤੈਨੂੰ ਇੱਕ ਬਾਤ ਸੁਣਾਉਂਦਾ ਸੀ ਜਕਸੀਰ ਕੁਝ ਹੈਰਾਨ ਹੋ ਗਿਆ ਤੇ ਹੈਰਾਨੀ ਦੇ ਵਿੱਚ ਹੀ ਉਹ ਰੌਣਕੀ ਨੂੰ ਉਸ ਤੋਂ ਲੋ ਪੁੱਛਦਾ ਹੈ ਪਰ ਰੌਣਕੀ ਉਸ ਨੂੰ ਜਵਾਬ ਦਿੰਦਾ ਹੈ ਕਿ ਉਸ ਨੂੰ ਕੁਝ ਨਹੀਂ ਹੋਇਆ ਉਹ ਤਾਂ ਸਿਰਫ ਇੱਕ ਗੱਲ ਸੀ ਜਿਹੜੀ ਉਸ ਨੂੰ ਸੁਣਾ ਰਿਆ ਸੀ ਤੇ ਉਹ ਮੂੜ ਛੱਤ ਵੱਲ ਝਾਕਣ ਲੱਗ ਪਿਆ ਤੇ ਉਵੇਂ ਦਾੜੀ ਦੇ ਵਾਲਾਂ ਨੂੰ ਫਰੋਲਦਿਆਂ ਇੱਕ ਡੂੰਗਾ ਹੌਕਾ ਭਰਦਿਆਂ ਬੋਲਿਆ ਇਦੋਂ ਵੱਦ ਹੋਰ ਆਪਾਂ ਨੂੰ ਕੀ ਹੋ ਜੂ ਜਗਸਿਆਂ ਜੇ ਅਜੇ ਵੀ ਕੋਈ ਕਸਰ ਐ ਤਾਂ ਸਾਡੀ ਜਿਹੜੀ ਪੂਜ ਪਤਿਓਰੇ ਮੇਰੇ ਤੋਂ ਪੱਟੀ ਦੀ ਐ ਪਟਲੇ ਹੁਣ ਰੋਣ ਕੇ ਜੋ ਕਿ ਦੁਖੀ ਐ ਸੰਤੋ ਦੇ ਜਾਨ ਦੇ ਕਾਰਨ ਉਹ ਆਪਣੇ ਮਨ ਦੇ ਦੁੱਖ ਦੇ ਵਿੱਚ ਦੁਖੀ ਹੋਇਆ ਜਗਸੀਰ ਨੂੰ ਆਗਦਾ ਹੈ ਕਿ ਇਸ ਤੋਂ ਵੱਧ ਉਸ ਨਾਲ ਹੋਰ ਬੁਰਾ ਨਹੀਂ ਹੋ ਸਕਦਾ ਜਿਸ ਨੂੰ ਬੁਰਾ ਕੋਈ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ ਗੱਲ ਭਾਵੇਂ ਰੌਣਕੀ ਨੇ ਹੌਕਾ ਲੈ ਕੇ ਆਖੀ ਸੀ ਪਰ ਉਹਦੇ ਬੋਲ ਵਿੱਚ ਹਸਾਉਣਾ ਰਉ ਵੇ ਕੇ ਜਗਸੀਰ ਦੀ ਮੱਲੋ ਮੱਲੀ ਹਾਸੀ ਨਿਕਲ ਗਈ ਹੁਣ ਰੌਣਕੀ ਨੇ ਜਿਹੜੀ ਇਹ ਗੱਲ ਆਖੀ ਸੀ ਉਹ ਗੰਭੀਰੋ ਕੇ ਆਖੀ ਸੀ ਹੌਕਾ ਲੈ ਕੇ ਆਖੀ ਸੀ ਪਰ ਜਿਹੜਾ ਉਹਦਾ ਬੋਲਣ ਦਾ ਢੰਗ ਸੀ ਉਸ ਨੂੰ ਸੁਣ ਕੇ ਜਗਸੀਰ ਨੂੰ ਬਦੋਬਦੀ ਹਾਸਾ ਆ ਗਿਆ ਸਿਰ ਤਕੜੀ ਰਾਤਾਂ ਰੋਣ ਕੀ ਜਗਸੀਰ ਨੂੰ ਰੂਪ ਬਸੰਤ ਜਾਨੀ ਚੋਰ ਨਲ ਦਮਯੰਤੀ ਤੇ ਪੂਰਨ ਭਗਤ ਦੇ ਕਿੱਸਿਆਂ ਚੋ ਟੋਟ ਕੇ ਤੇ ਘਟਣਾਵਾ ਸੁਣਾਉਂਦਾ ਰਿਹਾ ਜਗਸੀਰ ਨੂੰ ਇੰਜ ਲੱਗਿਆ ਜਿਵੇਂ ਰੋਣ ਕੀ ਉਹਨੂੰ ਕਿਸੇ ਚਿੱਕੜ ਵਿੱਚੋਂ ਕੱਢ ਕੇ ਇੱਕ ਓਪਰੀ ਦੁਨੀਆ ਵਿੱਚ ਲੈ ਗਿਆ ਸੀ ਬੜੀ ਓਪਰੀ ਪਰ ਮਨ ਮੋਹਣੀ ਦੁਨੀਆ ਵਿੱਚ ਤੇ ਉਸ ਰਾਤ ਜਦੋਂ ਉਹ ਸੁੱਤੇ ਤਾਂ ਜਗਸੀਰ ਦਾ ਚਿੱਤ ਕੁਝ ਟਿਕਾਣੇ ਆ ਗਿਆ ਸੀ ਫਿਰ ਰੋਣ ਕੀ ਬਹੁਤ ਦੇਰ ਤੱਕ ਜਗਸੀਰ ਨੂੰ ਰੂਪਸਨ ਜਾਨੀ ਚੋਰ ਨਲਦਮਯੰਤੀ ਤੇ ਪੂਰਨ ਭਗਤ ਦੇ ਕਿਸਿਆਂ ਨੂੰ ਸੁਣਾਉਂਦਾ ਰਿਹਾ ਤੇ ਜਗਸੀਰ ਨੂੰ ਕਿਸੇ ਸੁਣਦਿਆਂ ਉਹ ਬਾਤਾਂ ਸੁਣਦਿਆਂ ਇੰਜ ਜਾਪ ਰਿਹਾ ਸੀ ਜਿਵੇਂ ਉਹ ਕਿਸੇ ਓਪਰੀ ਦੁਨੀਆ ਵਿੱਚ ਪਹੁੰਚ ਗਿਆ ਹੋਵੇ ਪਰ ਉਹ ਓਪਰੀ ਦੁਨੀਆ ਬਹੁਤ ਹੀ ਖੂਬਸੂਰਤ ਸੀ ਤੇ ਇਸ ਤਰ੍ਹਾਂ ਉਸ ਰਾਤ ਨੂੰ ਜਦੋਂ ਉਹ ਦੋਵੇਂ ਕੋਠਰੀ ਵਿੱਚ ਸੁੱਤੇ ਤ੍ਰਜਕਸੀਰ ਦਾ ਚਿੱਤ ਟਿਕਾਣੇ ਆ ਗਿਆ ਸੀ ਸੋ ਬੱਚੇ ਸਾਡੇ ਕਾਣ ਨੰਬਰ 13 ਦੀ ਰੀਡਿੰਗ ਕੰਪਲੀਟ ਹੋ ਗਈ ਹੈ ਤੁਸੀਂ ਇਸ ਕਾਣ ਨੂੰ ਰੀਡ ਕਰਨਾ ਹੈ ਤੇ ਨਾਲ ਹੀ ਨਾਲ ਔਖੇ ਸ਼ਬਦ ਵੀ ਰਿਵਾਈਜ਼ ਕਰਨੇ ਹਨ ਧੰਨਵਾਦ